39ਵੀਂ ਕਹਾਣੀ ਈਸਵੇ ਪਰ ਮੁਕਦਮਾ ਚੱਲਦਾ ਹੈ। ਹੁਣ ਅਧੀ ਰਾਤੀ ਦਾ ਵਕਤ ਥਾ। ਸਹਿ ਸੈਨਿਕ ਈਸਵੇ ਜੋ ਮਹਾਯਾਜਕ ਦੇ ਘਰੇ ਜੋ ਲਈ ਆਏ, ਕਜੋ ਕਿ ਸਹਿ ਈਸਵੇ ਤੇ ਸਵਾਲ ਕਰਨਾ ਚਾਹੁੰਦੇ ਥੇ। ਪਤਰਸ ਦੂਰੇ ਤੇ ਤਿਨ੍ਹਾਂ ਦਾ ਪਿੱਛਾ ਕਰਦਾ ਥਾ। ਜਾਲੂ ਸੈਨਿਕ ਈਸਵੇ ਜੋ ਘਰੇ ਚ ਲਈ ਗਏ ਤਾਂ ਪਤਰਸ ਬਾਹਰ ਰੁਕੀ ਕਰੀ ਆਪਣੇ ਆਪੇ ਜੋ ਅੱਗੀ ਨੇ ਗਰਮ ਕਰਨਾ ਲੱਗਾ। ਘਰੇ ਦੇ ਅੰਦਰ ਯਹੂਦੀ ਅਗਵਾ ਈਸਵੇ ਪਰ ਮੁਕਦਮਾ ਚਲਾਇਆ। ਸਹਿਤ ਇਸਦੇ ਖਿਲਾਫ਼ ਝੂਠੀਆਂ ਗੱਲਾਂ ਜੋ ਗਲਾਣੇ ਤਾਈਂ ਮਤੇ ਸਾਰਿਆਂ ਝੂਠਿਆਂ ਲੋਕਾਂ ਜੋ ਲਈ ਕਰੀ ਆਏ, ਬਲਕਿ ਤਿਨ੍ਹਾਂ ਦੀਆਂ ਗੱਲਾਂ ਇੱਕੀ ਦੂਏ ਨੇ ਸਹਿਮਤੀ ਦੀਆਂ ਨਹੀਂ ਥੀਆਂ। ਇਸ ਤਾਈਂ ਯਹੂਦੀ ਅਗਵੇ ਇਹ ਸਾਬਿਤ ਨਹੀਂ ਕਰੀ ਸਕੇ ਕਿ ਸਹਿ ਉਸਾ ਗੱਲਾਂ ਦਾ ਦੋਸ਼ੀ ਥਾ। ਇਸਮੇ ਕੁਛ ਨਹੀਂ ਗਲਾਇਆ। ਆਖਰੀ ਚ ਮਹਾਯਾਜਕੈ ਸਿੱਧੇ ਈਸਵੇ ਦੇ ਪਾਸੇ ਦਿੱਖੀ ਕਰੀ ਗਲਾਇਆ, ਆਹਾਂ ਜੋ ਦੱਸ ਕਿ ਕਿਆ ਤੂੰ ਹੀ ਜਿੰਦੇ ਪਰਮਾਤਮੇ ਦਾ ਪੁੱਤਰ ਮਸੀਹ ਹੈ? ਈਸਵੇ ਗਲਾਇਆ, ਮੈਂ ਹੈ। ਕਨੇ ਤੁਹਾਂ ਮਿੰਜੋ ਪਰਮਾਤਮੇ ਸੋਗੀ ਬੈਠਿਆ ਹੋਇਆ ਕਨੇ ਸਵਰਗੇ ਤੇ ਆਉਂਦਾ ਹੋਇਆ ਵੀ ਦਿਖ ਗਏ। ਮਹਾਯਾਜਕੈ ਆਪਣੇ ਕੱਪੜੇ ਫਾੜੀ ਲੈ, ਕਹਿਓ ਕਿ ਜਿਹੜਾ ਈਸਵੇ ਗਲਾਇਆ ਜਿਸਾ ਗੱਲਾਂ ਪਰ ਬੜਾ ਗੁੱਸੇ ਥਾ। ਸਹਿ ਮਤਿਆਂ ਅਗਵਾਂ ਪਰ ਗੁੱਸੇ ਹੋਇਆ, ਆਹਾਂ ਜੋ ਇਹ ਦੱਸਣੇ ਤਾਈਂ ਕਿ ਕਿਸੇ ਹੋਰ ਗਵਾਹ ਦੀ ਜ਼ਰੂਰਤ ਨਹੀਂ ਹੈ ਕਿ ਇੰਨੀ ਮਾਣੂ ਮੈਂ ਕਿਆ ਕੀਤਿਆ ਹੈ। ਤੁਹਾਂ ਆਪੂ ਹੀ ਤਿਸੀਓ ਇਹ ਗਲਾਂਦੇ ਸੁਣਿਆ ਹੈ ਕਿ ਸਹਿ ਪਰਮਾਤਮੇ ਦਾ ਪੁੱਤਰ ਹੈ। ਇਸਦੇ ਬਾਰੇ ਚ ਤੁਹਾਂ ਕਿਆ ਫੈਸਲਾ ਲੈਂਦੇ ਹਨ? ਸਾਰੇ ਯਹੂਦੀ ਅਗਵਾਂ ਮਹਾਯਾਜਕੇ ਜੋ ਜਵਾਬ ਦਿੱਤਾ, ਸਹਿ ਮਰਨੇ ਦੇ ਲਾਇਕ ਹੈ। ਤਾਲੂ ਤਿਨਾ ਈਸਵੇ ਦੀਆਂ ਆਖੀ ਪਰ ਪੱਟੀ ਬਣੀ ਉਥੀ, ਤਿਸ ਪਰ ਥੁੱਕਿਆ, ਤਿਸੀ ਉਹ ਮਾਰਿਆ, ਕਨੇ ਤਿਸਦਾ ਮਜ਼ਾਕ ਉਡਾਇਆ। ਕਨੇ ਪਤਰਸ ਜਾਲੂ ਸਹਿ ਘਰੇ ਤੇ ਬਾਹਰ ਨਿਆਲਾ ਦਾ ਥਾ, ਤਾਲੂ ਇੱਕ ਦਾਸੀ ਕੁੜੀਆ ਤਿਸੀ ਦਿਖਿਆ, ਤਿੰਨੇ ਤਿਸੀ ਗਲਾਇਆ ਤੂੰ ਵੀ ਈਸਵੇ ਸੋਗੀ ਥਾ। ਪਤਰਸ ਨੇ ਮਨਾ ਕਰੀ ਦਿੱਤਾ। ਬਾਦੇ ਚ ਕੁਨੀ ਕੁੜੀਆ ਇਸਾ ਗੱਲਾਂ ਜੋ ਗਲਾਇਆ, ਕਨੇ ਪਤਰਸ ਨੇ ਫਿਰੀ ਤੇ ਮਨਾ ਕਰੀ ਦਿੱਤਾ। ਆਖਰੀ ਚ ਕੁਛ ਲੋਕਾਂ ਗਲਾਇਆ, ਆਹਾਂ ਜਾਣਦੇ ਹਨ ਕਿ ਤੂੰ ਈਸਵੇ ਸੋਗੀ ਥਾ, ਕਜੋ ਕਿ ਤੁਹਾਂ ਦੋਯੋ ਗਲੀਲ ਤੇ ਹਨ। ਤਾਲੂ ਪਤਰਸ ਨੇ ਗਲਾਇਆ, ਅਗਰ ਮੈਂ ਇਸ ਮਾਣੂਏ ਜੋ ਜਾਣਦਾ ਹੁੰਦਾ ਤਾਂ ਪਰਮਾਤਮਾ ਮਿੰਜੋ ਸਰਾਪ ਦੇ। ਝਟਪਟ ਹੀ ਪਤਰਸੇ ਦੇ ਇਸ ਤਰੀਕੇ ਦੀ ਕਸਮ ਖਾਣੇ ਤੇ ਬਾਅਦ ਇੱਕੀ ਕੁੱਕੜੇ ਬਾਂਗ ਦਿੱਤੀ। ਈਸਵੇ ਪਚਾਂ ਮੁੜੀ ਕਰੀ ਪਤਰਸੇ ਜੋ ਦਿਖਿਆ, ਪਤਰਸ ਉਥੋਂ ਤੇ ਚਲੀ ਗਿਆ, ਕਨੇ ਵੱਡਾ ਭਾਰੀ ਰੋਇਆ। ਇਸ ਵਕਤ ਈਸਵੇ ਜੋ ਪਕੜਵਾਣੇ ਵਾਲੇ ਯਹੂਦਾ ਦਿੱਖੀ ਕਰੀ, ਯਹੂਦੀ ਅਗਵਾ ਈਸਵੇ ਜੋ ਮੋਤੀ ਦਾ ਡੰਡ ਦਿੱਤਿਆ ਥਾ। ਯਹੂਦਾ ਬੜਾ ਦੁਖੀ ਹੋਈ ਗਿਆ, ਕਨੇ ਜਾਈ ਕਰੀ ਆਪਣੇ ਆਪੇ ਜੋ ਮਾਰੀ ਦਿੱਤਾ। ਹੁਣ ਇਸ ਦੇਸੇ ਦਾ ਰਾਜਪਾਲ ਪਿਲਾਤੁਸ ਦਾ ਸਹਿ ਰੋਮ ਤਾਈਂ ਕੰਮ ਕਰਦਾ ਥਾ। ਯਹੂਦੀ ਅਗਵੇ ਈਸਵੇ ਜੋ ਤਿਸ ਆਲੀ ਲਈ ਕਰੀ ਆਏ, ਸਹਿ ਚਾਹੁੰਦੇ ਥੇ ਕਿ ਪਿਲਾਤੁਸ ਤਿਸੀ ਮੋਤੀ ਦੀ ਸਜ਼ਾ ਦੇ, ਕਨੇ ਤਿਸੀ ਮਾਰੀ ਦੇਣ। ਤਾਲੂ ਪਿਲਾਤੁਸ ਹੈ ਈਸਵੇ ਤੇ ਪੁੱਛਿਆ, ਕਿਆ ਤੂੰ ਯਹੂਦੀਆਂ ਦਾ ਰਾਜਾ ਹੈ? ਈਸਵੇ ਜਵਾਬ ਦਿੱਤਾ, ਤੈਂ ਸੱਚ ਹੀ ਗਲਾਇਆ ਹੈ, ਪਰ ਮੇਰਾ ਰਾਜ ਇੱਥੋਂ ਧਰਤੀ ਦਾ ਨਹੀਂ ਹੈ। ਅਗਰ ਹੁੰਦਾ ਤਾਂ ਮੇਰੇ ਦਾਸ ਮਿੰਜੋ ਤਾਈਂ ਲੜਾਈ ਕਰਦੇ। ਮੈਂ ਧਰਤੀ ਪਰ ਪਰਮਾਤਮੇ ਦੇ ਬਾਰੇ ਚ ਦੱਸਣੇ ਤਾਈਂ ਆਇਆ ਹੈ। ਹਰ ਇੱਕ ਮਾਣੂ ਜਿਹੜਾ ਸੱਚਾਈ ਨੇ ਪਿਆਰ ਕਰਦਾ ਹੈ ਸਹਿ ਮੇਰੀ ਸੁਣਦਾ ਹੈ। ਪਿਲਾਤੁਸ ਨੇ ਗਲਾਇਆ, ਤਾਂ ਸੱਚ ਕਿਆ ਹੈ? ਈਸਵੇ ਸੋਗੀ ਗੱਲ ਕਰਨੇ ਤੇ ਬਾਅਦ ਪਿਲਾਤੁਸ ਬਾਹਰ ਭੀੜਾ ਆਲੀ ਜਾਈ ਕਰੀ ਗਲਾਇਆ, ਮੈਂ ਇਹਦੇ ਕੋਈ ਵਜ੍ਹਾ ਨਹੀਂ ਪਾਉਂਦਾ ਕਿ ਇਹ ਮਾਣੂ ਮਾਰੀ ਦੇਣੇ ਦੇ ਲਾਇਕ ਹੈ।
ਅਪਰ ਯਹੂਦੀ ਅਗਵਾ ਕਨੇ ਭੀੜਾ ਡੱਡੀ ਕਰੀ ਗਲਾਇਆ, ਤਿਸੀਓ ਕਰੂਸੇ ਪਰ ਚੜਾਈ ਦਿਆ। ਪਿਲਾਤੁਸੇ ਜਵਾਬ ਦਿੱਤਾ, ਸਹਿ ਕੁਛ ਵੀ ਗਲਤ ਕਰਨੇ ਦਾ ਦੋਸ਼ੀ ਨਹੀਂ ਹੈ। ਅਪਰ ਸਹਿ ਹੋਰ ਵੀ ਉੱਚੀ ਆਵਾਜ਼ਾਂ ਚ ਡਰਨਾ ਲੱਗੇ। ਤਾਲੂ ਪਿਲਾਤੁਸੇ ਤ੍ਰੀ ਵਰੀ ਗਲਾਇਆ, ਸਹਿ ਦੋਸ਼ੀ ਨਹੀਂ ਹੈ। ਪਿਲਾਤੁਸ ਡਰੀ ਗਿਆ ਕਿ ਸਹਿ ਭੀੜ ਦੰਗੇ ਸ਼ੁਰੂ ਕਰੀ ਦਿੰਗੀ। ਇਸ ਤਾਈ ਸਹਿ ਆਪਣੇ ਸੈਨਿਕਾਂ ਦੇ ਜ਼ਰੀਏ ਈਸੂਏ ਜੋ ਕਰੂਸ ਪਰ ਚੜਾਣੇ ਤਾਈ ਮੰਨੀ ਗਿਆ। ਰੋਮੀ ਸੈਨਿਕਾਂ ਈਸੂਏ ਜੋ ਕੋੜੇ ਲਗਾਏ, ਕਨੇ ਇਸ ਜੋ ਰਾਜਸੀ ਕੱਪੜੇ ਲਗਾਏ, ਕਨੇ ਇਸਦੇ ਸਿਰੇ ਪਰ ਕੰਡਿਆਂ ਦਾ ਬਣਿਆ ਮੁਕਟ ਰੱਖਿਆ। ਤਾਲੂ ਸਹਿ ਇਹ ਗਲਾਈ ਕਰੀ ਇਸਦਾ ਮਜ਼ਾਕ ਡਾਣਾ ਲੱਗੇ, ਦਿਖਾ ਯਹੂਦੀਆਂ ਦਾ ਰਾਜਾ।